सत श्री अकाल दोस्तों, सिद्धू मूसेवाला कतल मामले दे विच एक होर वड्डा खुलासा होया। एक होर अजिही कॉल रिकॉर्डिंग सामने आई है जो कि सिद्धू मूसेवाला कतल मामले दे नाल जुड़ी हुई है, क्योंकि सिद्धू मूसेवाला कतल मामले दे विच सब तो बाद दे विच अरेस्ट किए गए गैंगस्टर दीपक मुंडी, जिसकी कि एक कॉल रिकॉर्डिंग सामने आई है, जिसने कि एक लग्जरी कारा दे कारोबारी नूं कॉल करके धमकी दी कि उही दीपक मुंडी है जो कि लॉरिस बिश्नोई गैंग का अहम मैंबर है और जिसने सिद्धू मूसेवाला कतलकांड नूं अंजाम दिता। इत्थे ही बस नहीं, दीपक मुंडी वालों इस कारोबारी तो 5 लाख रुपए तो वधेरे की मंग की जाती है, किस तरह धमकाया जाता है तो अगे वो कारोबारी की जवाब दिंदा है, ये तुहानूं सुणाउण दे लई लै चलदे आं। इस वायरल हो रही कॉल रिकॉर्डिंग वल दस दी है कि दीपक मुंडी नूं इस कतलकांड दे विच अहम कड़ी मन्निया जा रहा है। सो तुसीं सुणो एक कॉल रिकॉर्डिंग, तो अपनी राय जरूर कमेंट सांझी करके जाना, तो होर ताज़ा अपडेट्स के लिए बने रहना अनलिमिटेड ज्ञान के नाल। ਗੋਲਡੀ ਬਰਾੜ ਦਾ ਦੀਪਕ ਮੁੰਡੀ। ਅੱਛਾ ਹਾਂਜੀ ਭਾਜੀ, ਹਾਂਜੀ ਹਾਂ, ਜਿਹਨੇ ਸਿੱਧੂ ਮੂਸੇ ਵਾਲਾ ਕਾਂਡ ਕੀਤਾ। ਅੱਛਾ ਜੀ, ਹਾਂ 5 ਲੱਖ ਰੁਪਈਆ ਚਾਹੀਦਾ, ਉਹਨੇ ਕਹੇ ਆ ਜਿਹਨੇ ਤੂੰ ਈਜ਼ੀ ਦੇ ਸਕੇ। ਅੱਛਾ ਜੀ, ਹਾਂ ਪੁਲਿਸ ਕੋ ਇੱਧਰ ਉੱਧਰ ਜਾਣ ਦਾ ਕੋਈ ਗੱਲ ਨਹੀਂ ਬਣਦੀ। ਠੀਕ ਹੈ ਭਾਜੀ, ਕਿੱਥੇ ਬੁਲਾਉਣਾ ਤੁਸੀਂ, ਮਿੰਟ ਵਾਲੀ ਗੱਲ ਆ, ਫੈਮਿਲੀ ਨੂੰ ਨਾ ਕੁਛ ਕਿਉਂ। बड़े प्यार गल कर तेरे न। ਕੋਈ ਗੱਲ ਨੀ ਵੀਰ, ਜੇ ਫਿਰ ਫੈਮਿਲੀ ਨੂੰ ਨਾ ਕੁਛ ਕਹੇਗਾ ਤਾਂ ਦੇ ਦਾਂਗੇ ਪੈਸੇ, ਜੇ ਫੈਮਿਲੀ ਨੂੰ ਕੁਛ ਕਹੇਗਾ ਤਾਂ ਫਿਰ ਥੋੜੀ ਦਵਾਂਗੇ। ਉਹ ਅਸੀਂ ਨਹੀਂ ਫੈਮਿਲੀਆਂ ਨੂੰ ਕੁਛ ਵੀ ਟੈਂਸ਼ਨ ਲੈ ਜਿੰਨਾ ਚਿਰ ਸਾਨੂੰ ਬੰਦਾ ਤੰਗ ਨਾ ਕਰੇ, ਸਾਡਾ ਕੰਮ ਹੋ ਗਿਆ, ਅਸੀਂ ਫੈਮਿਲੀ ਕਿਹੜੀ ਨਾ ਕੋਈ ਦੁਸ਼ਮਣ ਨਹੀਂ ਸਾਡੀ। ਬਸ ਠੀਕ ਹੈ, ਕਿ ਕਿਹੜੇ ਗਰੁੱਪ ਨੂੰ ਗੱਲ ਕਰਨ ਦੇ ਭਾਜੀ ਤੁਸੀਂ? ਉਹ ਮੈਂ ਗੋਲਡੀ ਬਰਾੜ ਦਾ ਬੰਦਾ ਬੋਲਦਾ। ਅੱਛਾ ਠੀਕ ਹੈ ਵੀਰ, ਕੋਈ ਨਹੀਂ, ਕਰਦੀ ਬੰਦਾ ਭੇਜ, ਜਦੋਂ ਭੇਜ ਰਹੂੰਗਾ। ਭੇਜ ਨੀ, ਕਦੋਂ ਭੇਜਣਾ ਬੰਦਾ ਤੂੰ ਆਪਦਾ? ਗੋਲਡੀ ਬਰਾੜ ਦੇ ਬੰਦਾ ਬੋਲਦਾ ਨਾ, ਜਦੋਂ ਮਰਜ਼ੀ ਭੇਜ ਦੀ ਬਾਈ। ਮੈਂ ਦੀਪਕ ਮੁੰਡੀ ਬੋਲਦਾ, ਮੇਰਾ ਪੁੱਛ ਨੀ ਕਿਸੇ ਨੂੰ। ਉਹ ਵੀਰੇ ਮੈਂ ਤੈਨੂੰ ਨੀ ਪਤਾ ਦੇ, ਮੇਰਾ ਵੀਰ ਮੈਂ ਕਿਸੇ ਨੂੰ ਨੀ ਪੁੱਛਣਾ, ਤੁਸੀਂ ਭੇਜ ਦਿਓ ਬੰਦਾ। ਮੈਂ ਕਿਹਾ ਮੇਰਾ ਪੁੱਛ ਨੀ ਕਿਸੇ ਨੂੰ, ਭੇਜ ਦੀ ਬਾਈ। ਕੋਈ ਨਹੀਂ, ਪਹਿਲੇ ਮਰਿਆ ਛੱਡਣਾ, ਹੁਣ ਅਸੀਂ ਕਿਸੇ ਨੂੰ ਨਹੀਂ। ਕੋਈ ਗੱਲ ਨੀ ਬਾਈ, ਭੇਜ ਦੀ ਬੰਦਾ, ਕੋਈ ਚੱਕਰ ਲਿਆ। ਠੀਕ ਹੈ, ਅੱਛਾ पैसे कोई नी। हांजी वीरे, पैसे कीते के कोई नी, मैं करदा वीरे। मैं तो यार रेंट ते रहना भरा मेरे, मेरे को कित्थे मिलूगा 5 लाख रुपया, मैं तो किराए से रहना यार। झूठ मारता वीरे, आके देने पैसे के नहीं देने वीरे, आके तो ना किसी नूं भेज दी, मेरे घरे आके देख ली। मैं फ्लैटां च रहना वीरे, किराए से रहना, 5 लाख मैं कित्थों दऊंगा। गड्डियां तो सारिया बैंक दिया ने वीरे, लोन ते ने गड्डियां मेरे, टैक्सियां दा कम्म नहीं ना, मैनूं उहना कम्म होणा चाहीदा। ਵੱਡੇ ਵੀਰੇ ਸੌਂ ਲੱਗੇ, ਤੂੰ ਆ ਕੇ ਵੇਖ ਲਾ। ਮੈਂ ਨਾ ਵੀਰੇ ਕਿਰਾਏ ਤੇ ਹੀ ਰਹਿੰਦਾ, ਪਰਮਾਤਮਾ ਕਸਮ ਵੀਰੇ, ਮੈਂ 5 ਲੱਖ ਰੁਪਏ ਆ ਕੇ ਵੇਖਾ ਇੱਥੇ। ਹੁਣ ਮੈਂ ਵੱਡੇ ਵੀਰੇ ਦੱਸ ਦੱਸ, ਗੱਡੀ ਲੈਣੀ, ਗੱਡੀ ਲੈ ਜਾ ਭਰਾ, ਹੋਰ ਕੀ ਕਰ ਸਕਦਾ ਮੈਂ, ਡਰਾਈਵਰ ਬੰਦਾ ਵੀਰੇ, ਟੈਕਸੀਆਂ ਦਾ ਕੰਮ ਆ ਮੇਰਾ। ਅੱਛਾ, ਹਾਂਜੀ ਵੀਰੇ, ਟੈਕਸੀਆਂ ਦਾ ਹੀ ਕੰਮ ਆ, ਟ੍ਰੈਫਿਕ ਸਟੈਂਡ ਆ ਮੇਰਾ, ਕੋਈ ਐਡਾ ਕੋਈ ਕੰਮ ਨਹੀਂ ਹੈਗਾ। ਪੈਸੇ ਪੈਸੇ ਅਰੇਂਜ ਕਰ, ਪੈਸੇ ਜਿੱਥੋਂ ਵੀ ਹੈ ਨਾ, ਪੈਸੇ ਕਰ ਛੇਤੀ, ਤੇ ਮੈਨੂੰ ਕਾਲ ਕਰ ਬੈਕ, ਪੈਸੇ ਕਰਕੇ ਮੈਨੂੰ ਕਾਲ ਕਰ ਵੀਰੇ। ਪਹਿਲਾਂ ਦੂਏ ਡਰਾਈਵਰ ਨੇ ਗੱਲ ਕਰੀ, ਮੈਂ ਨਹੀਂ ਸੀ ਗੱਲ ਕਰਦਾ, ਉਹ ਮੁੰਡਾ ਗੱਲ ਕਰਦਾ ਸੀਗਾ ਡਰਾਈਵਰ। ਮੈਨੂੰ ਤਾਂ ਵੀਰੇ ਵੈਸੀ ਗੱਲ ਸੁਣ ਕੇ ਡਰ ਲੱਗਦਾ ਤੁਹਾਡੇ ਨਾਲ, ਕਿੱਦਾਂ ਵੀ ਕੀ ਗੱਲ, ਕਿੱਦਾਂ ਫੋਨ ਆ ਗਿਆ ਆਪਣਾ, ਕੋਈ ਐਡਾ ਲਿੰਕ ਨਹੀਂ ਹੈਗਾ ਵੀਰੇ, ਕੰਮ ਕਾਰ ਨਹੀਂ ਹੈਗਾ ਇੰਨਾ। ਮੈਂ ਤਾਂ ਵੈਸੇ ਬੈਂਕ ਦੀ ਕਿਸ਼ਤਾਂ ਨਹੀਂ ਦੇ ਹੋ ਰਹੀਆਂ, ਬੈਂਕ ਵਾਲੇ ਤਾਂ ਗੱਡੀਆਂ ਚੱਕਣ ਨੂੰ ਫਿਰਦੇ ਆ।
ਮੇਰੀ ਗੱਲ ਸੁਣ, ਮੈਂ ਕੋਈ ਤੇਰੇ ਨਾਲ ਇੱਥੇ ਕੋਈ ਮੈਂ ਸ਼ੁਗਲ ਮੇਲਾ ਨਹੀਂ ਕਰਨ ਦਿਆ, ਮਜ਼ਾਕ ਨਹੀਂ ਕਰਨ ਦਿਆ ਮੈਂ। ਸਾਡੇ ਮਗਰ ਤੈਨੂੰ ਪਤਾ ਪੁਲਿਸਾਂ ਚੜੀਆਂ ਵਾ, ਅਸੀਂ ਤੇ ਅੱਗੇ ਮਰੇ ਹਾਂ, ਅਸੀਂ ਸਾਨੂੰ ਦੋ ਚਾਰ ਪੰਜ ਦਸ ਬੰਦੇ ਮਾਰਨ ਦਾ ਕੋਈ ਏਡਾ ਫਰਕ ਨਹੀਂ ਪੈਂਦਾ। ਹੈਲੋ, ਹਾਂਜੀ ਹਾਂਜੀ ਵੀਰੇ, ਹਾਂ ਛੇਤੀ ਹੈ ਨਾ ਪੈਸੇ ਅਰੇਂਜ ਕਰਕੇ ਮੈਨੂੰ ਕਾਲ ਕਰ। ਹੈਲੋ, ਹਾਂਜੀ ਹਾਂਜੀ ਭਾਜੀ, ਮੈਂ ਕਿਹਾ ਪੈਸੇ ਅਰੇਂਜ ਕਰਕੇ ਮੈਨੂੰ ਕਾਲ ਕਰ, ਸਮਝ ਲੱਗਦੀ ਕਿ ਕੋਈ ਨੀ ਕਰਦਾ ਵੀਰੇ, ਕੋਈ ਦੇਖਦਾ ਕਰਦਾ ਫੋਨ ਵੀਰੇ ਤੁਹਾਨੂੰ ਦੇਖਦਾ, ਕੁਛ ਜੇ ਹੁੰਦਾ ਗਹਿਣੇ ਗੁਣੇ ਵੇਚ ਦਿੰਦਾ ਕੋਈ ਤੈਨੂੰ ਨੀ ਲੱਭਣੀ ਗੱਲ, ਠੀਕ ਆਪਣੀ ਜਾਨ ਬਚਾ, ਆਪਣੀ ਫੈਮਿਲੀ ਨੂੰ ਬਚਾ, ਠੀਕ ਆ, ਨਹੀਂ ਤੇ ਕੰਮ ਤੇਰਾ ਬੰਦ ਹੋ ਜਾਊਗਾ, ਠੀਕ ਆ, ਜਿਹੜੇ ਕਮਾਉਣਾ ਉਹਦੇ ਤੋਂ ਜਾਏਗਾ। ਕਮਾਈ ਤਾਂ ਹੈ ਹੀ ਨੀ, ਵਿਹਲੇ ਤਾਂ ਬੈਠੇ ਆ। ਚਲੋ ਠੀਕ ਆ, ਜੋ ਵੀ ਆ ਮੈਨੂੰ ਕਾਲ, ਮੈਨੂੰ ਦੱਸ ਮੈਂ ਕਦੋਂ ਕਾਲ ਕਰਾਂ ਤੈਨੂੰ, ਠੀਕ ਆ ਵੀਰੇ, ਮੈਂ ਕਰਦਾ ਕੋਈ ਹੱਲ ਯਾਰ, ਮੈਂ ਕਦੋਂ ਕਾਲ ਕਰਾਂ, ਵੇਟ ਕਰ ਲਓ ਵੀਰੇ, ਮੈਂ ਕੋਈ ਹੱਲ ਤਾਂ ਕਰ ਲਓ, ਛੇਤੀ ਥੋੜਾ ਨਾ ਪੈਸੇ ਇੰਨੇ ਹੋ ਜਾਣੇ ਆ, ਆਪਾਂ ਲੇਬਰ ਕਲਾਸ ਦੇ ਬੰਦੇ ਵੀਰੇ। ਅੱਛਾ ਉਹ ਤੇਰੀ ਗੱਲ ਠੀਕ ਆ, ਤੇ ਆਪਣੇ ਕਿਹੜਾ ਕੋਈ ਦੁਸ਼ਮਣੀ ਆ, ਅਸੀਂ ਵੀ ਤੇਰੇ ਤੋਂ ਹੀ ਖਾਣਾ, ਤੈਨੂੰ ਪਤਾ ਸਰਕਾਰਾਂ ਮਗਰ ਚੜੀਆਂ ਪਈਆਂ, ਜੋ ਹਾਲ ਆ ਚੰਨੀ ਉਹੀ ਸੁਣ ਕੇ ਵੇ, ਠੀਕ ਆ ਨਾ। ਹੈਲੋ, ਅਸੀਂ ਵੀ ਇੱਥੋਂ ਹੀ ਖਾਣਾ, ਅਸੀਂ ਕਿੱਥੋਂ ਖਾਣਾ, ਕੰਮ ਅਸੀਂ ਕਰ ਨੀ ਸਕਦੇ, ਅਸੀਂ ਅੱਜ ਮਰੇ ਕੱਲ ਮਰੇ ਸਾਡਾ ਪਤਾ ਕੋਈ ਨੀ, ਠੀਕ ਆ, ਤੁਸੀਂ ਜਿੰਦੇ ਸਾਡੇ ਅੱਗੇ ਆ ਗਿਆ ਛੱਡਣਾ, ਅਸੀਂ ਉਹਨੂੰ ਵੀ ਕੋਈ ਨੀ। ਉਹ ਤਾਂ ਠੀਕ ਆ ਭਾਜੀ, ਪਰ ਮੇਰੇ ਵਰਗੇ ਡਰਾਈਵਰ ਬੰਦੇ ਦਾ ਕੀ ਇਹਦੇ ਚ ਭਾਜੀ ਹੈਗਾ, ਦੱਸੋ ਇੱਕ ਸੋ ਦੋਸਤੋ, ਇਹ ਸੀ ਉਹ ਕਾਲ ਰਿਕਾਰਡਿੰਗ ਜੋ ਕਿ ਗੈਂਗਸਟਰ ਦੀਪਕ ਮੁੰਡੀ ਵੱਲੋਂ ਇੱਕ ਲਗਜ਼ਰੀ ਕਾਰਾਂ ਦੇ ਕਾਰ ਡੀਲਰ ਨੂੰ ਕੀਤੀ ਗਈ ਹੈ ਤੇ ਉਸ ਤੋਂ ਫਰੋਤੀ ਦੀ ਮੰਗ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਹਵਾਲਾ ਦਿੰਦੇ ਹੋਏ। ਦੱਸ ਦਈਏ ਕਿ ਦੀਪਕ ਮੁੰਡੀ ਜਿਸ ਨੂੰ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਿਸ ਦਾ ਪੁਲਿਸ ਰਿਮਾਂਡ ਚੱਲ ਰਿਹਾ ਤੇ ਇਸ ਮਾਮਲੇ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਦੀਪਕ ਮੁੰਡੀ ਤੋਂ, ਜੋ ਕਿ ਇਸ ਸਾਰੇ ਕਤਲਕਾਂਡ ਦੀ ਇੱਕ ਅਹਿਮ ਕੜੀ ਮੰਨਿਆ ਜਾ ਰਿਹਾ, ਜੋ ਕਿ ਹਾਲੇ ਤੱਕ ਫਰਾਰ ਚੱਲ ਰਿਹਾ ਸੀ ਅਤੇ ਦੋ ਗੈਂਗਸਟਰਾਂ ਰੂਪਾ ਅਤੇ ਕੋਸਾ ਦੇ ਜੋ ਐਨਕਾਊਂਟਰ ਹੈ ਉਸ ਤੋਂ ਬਾਅਦ ਦੀਪਕ ਮੁੰਡੀ ਵੀ ਪੁਲਿਸ ਦੇ ਹੱਥ ਲੱਗਿਆ, ਜਿਸ ਨੂੰ ਕਿ ਹੁਣ ਪੁਲਿਸ ਵੱਲੋਂ ਨਿਚੋੜਿਆ ਜਾ ਰਿਹਾ ਅਤੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਤੁਸੀਂ ਕਾਲ ਰਿਕਾਰਡਿੰਗ ਸੁਣੀ ਅਤੇ ਇਸ ਤਰ੍ਹਾਂ ਗੈਂਗਸਟਰਾਂ ਦੇ ਪੰਜਾਬ ਦੇ ਵਿੱਚ ਜੋ ਧਮਕੀਆਂ ਦੇਣ ਦੇ ਉਭਾਰ ਸਾਹਮਣੇ ਆ ਰਹੇ ਨੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਤੁਹਾਡੇ ਇਸ ਬਾਰੇ ਕੀ ਕਹਿਣਾ ਜ਼ਰੂਰ ਕਮੈਂਟ ਕਰਕੇ ਦੱਸੋ। ਇਸ ਦੇ ਨਾਲ ਹੀ ਹੁਣ ਇੱਥੇ ਫਿਲਹਾਲ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਜਲਦ, ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ, ਧੰਨਵਾਦ।